ਪਹਿਲਾਂ ਕਾਂਗਰਸ ਨੇ ਰਾਜ ਭਾਗ ਕਾਇਮ ਕੀਤਾ ਤੇ ਬੇਅਦਬੀ ਦਾ ਮੁੱਦਾ ਬਣਾ ਕੇ ਤੇ ਜੇ ਝਾੜੂ ਵਾਲਿਆਂ ਨੇ ਰਾਜ ਭਾਗ ਕਾਇਮ ਕੀਤਾ ਤੇ ਬੇਅਦਬੀ ਦਾ ਮੁੱਦਾ ਬਣਾ ਜਿਨ੍ਹਾਂ ਲੋਕਾਂ ਨੇ ਬੇਅਦਬੀਆਂ ਕੀਤਾ ਉਹ ਤਾਂ ਸਿਕਿਉਰਟੀਆਂ ਬਹਾਲ ਕੀਤੀਆਂ ਹੋਈਆਂ ਨੇ ਉਹਨਾਂ ਦਾ ਗੋਂਗਲੋਂ ਤੋਂ ਮਿੱਟੀ ਜ਼ਰੂਰ ਝਾੜ ਸਕਦੇ ਨੇ ਝਾੜਨਗੇ ਵੀ ਹੋ ਸਕਦਾ ਮਨ ਨੂੰ ਸ਼ਾਂਤ ਕਰਨ ਵਾਸਤੇ ਕੋਈ ਕਾਦੁਕਾ ਨੇ ਕਿ ਮੋਟੇ ਕਿਸੇ ਕਰਿੰਦੇ ਨੂੰ ਫੜ ਕੇ ਡੱਕ ਵੀ ਦੇਣ ਜੇਲ੍ਹ ਦੇ ਵਿੱਚ ਪਰ ਜਿਹੜੇ ਮਗਰਮੱਛ ਨੇ ਜਿੱਥੋਂ ਇਹ ਸਾਰਾ ਪ੍ਰੋਪੋਗੰਡਾ ਖੇਡ ਸ਼ੁਰੂ ਹੁੰਦੀ ਆ ਉੱਥੇ ਹੱਥ ਨਹੀਂ ਪਾਊਗਾ ਭਾਜਪਾ ਜਿਹੜੀ ਆ ਉਹ ਸਿੱਧੇ ਤਰੀਕੇ ਨਾਲ ਕਾਬਜ਼ ਨਹੀਂ ਹੋ ਸਕਦੀ ਪੰਜਾਬ ਦੇ ਵਿੱਚ ਉਹਨਾਂ ਦਾ ਆਧਾਰ ਹੈ ਨਹੀਂ ਅਸਿੱਧੇ ਤਰੀਕੇ ਨਾਲ ਕਾਬਜ਼ ਹੋਣ ਵਾਸਤੇ ਉਹਨਾਂ ਨੇ ਬਹੁਤ ਵੱਡਾ ਇਹ ਸ਼ਰਿਅੰਤਰ ਰਚਿਆ ਬੇਅਦਬੀਆਂ ਦਾ ਜਿਹੜਾ ਦੌਰ ਚੱਲਿਆ ਇਹ ਵੀ ਬਹੁਤ ਵੱਡੀ ਇੱਕ ਖੇਡ ਸੀਗੀ ਜਿਸ ਖੇਡ 'ਚ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹ ਲੋਕ ਕਾਮਯਾਬ ਹੋਏ ਨੇ ਅੱਜ ਤੱਕ 84 ਦੀਆਂ ਇੰਨੀਆਂ ਜਾਂਚ ਕਮੇਟੀਆਂ ਬੈਠੀਆਂ ਨੇ ਇੰਨੀਆਂ ਕਮਿਸ਼ਨਾਂ ਬੈਠੀਆਂ ਨੇ ਕਿ ਅੱਜ ਤੱਕ ਜੜ੍ਹ ਤੱਕ ਪਹੁੰਚ ਸਕਿਆ ਕੋਈ ਜੁਰਮ ਦੀ ਸਜ਼ਾ ਦੇ ਦਿੱਤੀ ਤੁਸੀਂ ਉਹਨਾਂ ਨੂੰ ਉਮਰ ਕੈਦ ਕਰਤੀ ਅੱਜ ਸਜ਼ਾਵਾਂ ਪੂਰੀਆਂ ਚੁੱਕੀਆਂ ਨੇ ਬੰਦੀ ਸਿੰਘ ਕੀ ਰਿਹਾ ਕਰ ਦਿੱਤੇ ਜਾਂਦੇ ਨੇ ਉਹਨਾਂ ਨੂੰ ਤਾਂ ਉਸੇ ਕੈਟਾਗਰੀ ਰੱਖਿਆ ਜਾ ਰਿਹਾ ਨਾ ਜਦੋਂ ਵੀ ਬਾਰਡਰਾਂ ਦੀ ਗੱਲ ਪੈਂਦੀ ਆ ਉਦੋਂ ਸਿੱਖ ਰੈਜੀਮੈਂਟਾਂ ਵੀ ਯਾਦ ਆਉਂਦੀਆਂ ਨੇ ਨਿਸ਼ਾਨ ਸਾਹਿਬ ਵੀ ਯਾਦ ਆਉਂਦੇ ਨੇ ਉਦਾਂ ਕੋਈ ਨਿਸ਼ਾਨ ਸਾਹਿਬ ਝਲਾ ਵੀ ਦਵੇ ਤੇ ਦੇਸ਼ ਧਰੋਹਰ ਕੇ ਪਰਚੀ ਹੋ ਜਾਂਦੇ ਨੇ ਟੀਵੀ 84 ਇੰਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਸਵਰਾ ਮੌਜੂਦਾ ਸਮੇਂ ਦੇ ਵਿੱਚ 2015 ਤੋਂ ਲੈ ਕੇ ਨਿਰੰਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀ ਦੀਆਂ ਅਣਸੁਖਾਵੀਆਂ ਘਟਨਾਵਾਂ ਵਾਪਰਦੀਆਂ ਨੇ ਜਿਨ੍ਹਾਂ ਨੂੰ ਲੈ ਕੇ ਸਿੱਖ ਸੰਗਤ ਦੇ ਮਨਾਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਰੋਸ ਪ੍ਰਦਰਸ਼ਨ ਪਾਇਆ ਜਾਂਦਾ ਪਰ ਜਿਸ ਗੱਲ ਨੂੰ ਲੈ ਕੇ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਹੈ ਜਿਹੜੇ ਵਾਅਦੇ ਸੀ ਸਿੱਖਾਂ ਦੇ ਨਾਲ ਜਾਂ ਪੰਜਾਬ ਦੇ ਲੋਕਾਂ ਦੇ ਨਾਲ ਕਿਤੇ ਨਾ ਕਿਤੇ ਲੱਗਦਾ ਹੈ ਕਿ ਉਹ ਜਿਹੜੇ ਵਾਅਦੇ ਆ ਦਰਕਨਾਰ ਹੁੰਦੇ ਨਜ਼ਰ ਆ ਰਹੇ ਆ ਪਰ ਦੂਜੇ ਪਾਸੇ ਇੱਕ ਅਹਿਮ ਟਿੱਪਣੀ ਕੋਰਟ ਦੇ ਵੱਲੋਂ ਹਾਈ ਕੋਰਟ ਦੇ ਵੱਲੋਂ ਕੀਤੀ ਜਾਂਦੀ ਹੈ ਕਿ ਕੁਝ ਹਫ਼ਤਿਆਂ ਦੇ ਵਿੱਚ ਜਿਹੜਾ CBI ਦੀ ਅਦਾਲਤ ਰਿਪੋਰਟ ਦੇ ਆਧਾਰਤ ਆ ਜਿਹੜਾ ਫੈਸਲਾ ਕੀਤਾ ਜਾਵੇ ਰਿਪੋਰਟ ਸੌਂਪੀ ਜਾਵੇ ਕੋਰਟ ਦੇ ਵਿੱਚ ਤਾਂ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਟ੍ਰੈਟਜੀ ਕੀ ਹੈ ਕਿਸ ਤਰੀਕੇ ਦੇ ਨਾਲ ਜਿਹੜੇ ਹੋਰ ਪੰਜਾਬ ਦੇ ਮੁੱਦਰੇ ਆ ਕਿ ਉਹਨਾਂ ਨੂੰ ਸਹਿਰਦ ਹੋ ਕੇ ਉਹਨਾਂ ਨੂੰ ਹੱਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਤਾਂ ਇਸ ਨੂੰ ਲੈ ਕੇ ਸਾਡੇ ਨਾਲ ਪਰਮਜੀਤ ਸਿੰਘ ਅਕਾਲੀ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹੋ ਕੀ ਸੋਚਦੇ ਹੋ ਭਾਈ ਸਾਹਿਬ ਸਵਾਗਤ ਹੈ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਕਾਲੀ ਜੀ ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਆਮ ਆਦਮੀ ਪਾਰਟੀ ਦੇ ਉੱਪਰ ਜਿਸ ਗੱਲ ਨੂੰ ਲੈ ਕੇ ਸੱਤਾ ਵਿੱਚ ਆਈ ਸੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਕਹਿੰਦੇ ਸੀ ਕਿ ਕੁਝ ਹਫ਼ਤਿਆਂ ਦੇ ਵਿੱਚ ਜਿਹੜੇ ਬੇਅਦਬੀ ਦੇ ਦੋਸ਼ੀ ਨੇ ਜਾਂ ਇਨਸਾਫ਼ ਉਹਨਾਂ ਦਾ ਹੋਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਸਿੱਖ ਸੰਗਤ ਚਾਹੁੰਦੀ ਹੈ ਤਾਂ ਇਨਸਾਫ਼ ਉਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਬਣਦੇ ਸਾਰ ਹੀ ਦਿੱਤਾ ਜਾਵੇਗਾ ਕੀ ਲੱਗਦਾ ਇਸ ਬਾਰੇ ਨਹੀਂ ਇੱਕ ਚੀਜ਼ ਤਾਂ ਵੇਖੋ ਬੜੀ ਕਲੀਅਰ ਆ ਜੇ ਪਹਿਲਾਂ ਕਾਂਗਰਸ ਨੇ ਰਾਜ ਭਾਗ ਕਾਇਮ ਕੀਤਾ ਤੇ ਬੇਅਦਬੀ ਦਾ ਮੁੱਦਾ ਬਣਾ ਕੇ ਤੇ ਜੇ ਝਾੜੂ ਵਾਲਿਆਂ ਨੇ ਰਾਜ ਭਾਗ ਕਾਇਮ ਕੀਤਾ ਤੇ ਬੇਅਦਬੀ ਦਾ ਮੁੱਦਾ ਬਣਾ ਕੇ ਚਲੋ ਕਾਂਗਰਸ ਦਾ ਅਸ਼ਰ ਤਾਂ ਆਪਾਂ ਦੇਖ ਲਿਆ ਜੋ ਸਾਹਮਣੇ ਆਪਣੇ 5 ਸਾਲ ਬਾਅਦ ਜੋ ਰਿਜ਼ਲਟ ਮਿਲ ਗਿਆ ਝਾੜੂ ਪਾਰਟੀ ਜਿਹੜੀ ਆ ਮੈਨੂੰ ਨਹੀਂ ਲੱਗਦਾ ਵੀ ਇਹ ਸੰਸੀਅਰ ਹੈਗੇ ਆ ਇਸ ਮੁੱਦੇ ਦੇ ਉੱਤੇ ਕਿਉਂਕਿ ਜੇ ਹੁੰਦੇ ਤਾਂ ਜਿਹੜੇ 92 MLA ਨੇ ਮੁੱਖ ਮੰਤਰੀ ਸਮੇਤ ਇਹਨਾਂ ਦਾ ਇੱਕ ਬੰਦਾ ਕਿਸੇ ਵੀ ਤਰੀਕੇ ਨਾਲ ਹਜੇ ਤੱਕ ਬੇਅਦਬੀ ਦੇ ਮੁੱਦੇ 'ਤੇ ਖੁੱਲ੍ਹ ਕੇ ਨਹੀਂ ਬੋਲਿਆ ਇੱਕ ਉਹਨਾਂ ਜੀ ਪ੍ਰਤਾਪ ਤੋਂ ਇਲਾਵਾ ਉਹ ਵੀ ਦਬੀ ਆਵਾਜ਼ 'ਚ ਬੋਲਦਾ ਕਿਉਂਕਿ ਉਹਨੂੰ ਮੌਕਾ ਹੀ ਨਹੀਂ ਮਿਲਦਾ ਉਹਨਾਂ 5 ਮਿੰਟ ਮੰਗ ਕੇ ਵੀ ਨਹੀਂ ਮਿਲਦੇ ਵਿਧਾਨ ਸਭਾ 'ਚ ਬੋਲਣ ਦੇ ਸੋ ਝਾੜੂ ਪਾਰਟੀ ਵੱਲੋਂ ਹਜੇ ਤੱਕ ਸੁਹਿਰਤਾ ਦੇ ਨਾਲ ਤਾਂ ਇਹਦੇ 'ਤੇ ਕੁਛ ਨਹੀਂ ਕੀਤਾ ਗਿਆ ਪਰ ਜਿਵੇਂ ਹੁਣ ਕੋਰਟ ਵੱਲੋਂ ਵੀ ਆਪਾਂ ਜਾਣਦੇ ਹਾਂ ਵੀ ਕਿਹਾ ਗਿਆ ਵਾ ਵੀ ਇਹਦੇ 'ਤੇ ਆਪਣਾ ਜਿਹੜਾ ਉਹ ਰਿਪੋਰਟ ਜਾਰੀ ਕਰਨ ਵੇਖੋ ਰਿਪੋਰਟਾਂ ਤਾਂ ਬੜੀਆਂ ਹੋ ਚੁੱਕੀਆਂ ਜੀ ਇਨਕੁਆਇਰੀਆਂ ਹੋ ਚੁੱਕੀਆਂ ਨੇ ਰਣਜੀਤ ਸਿੰਘ ਕਮਿਸ਼ਨ ਹੋਈ ਹੈ ਵਿਜੇ ਪ੍ਰਤਾਪ ਵਾਲੀ ਹੋਈ ਪਰ ਕੀ ਉਹਦੇ 'ਤੇ ਐਕਸ਼ਨ ਲਿਆ ਗਿਆ ਈਵਨ ਐਕਸ਼ਨ ਲੈਣ ਦੀ ਜਗ੍ਹਾ 'ਤੇ ਜਿਹਨਾਂ ਲੋਕਾਂ ਨੇ ਬੇਅਦਬੀਆਂ ਕੀਤਾ ਉਹ ਤਾਂ ਸਿਕਿਉਰਟੀਆਂ ਬਹਾਲ ਕੀਤੀਆਂ ਹੋਈਆਂ ਨੇ ਉਹਨਾਂ ਦਾ ਉਹਨਾਂ ਨੂੰ ਸਿਕਿਉਰਟੀਆਂ ਦਿੱਤੀਆਂ ਹੋਈਆਂ ਨੇ ਸੋ ਇਹ ਚੀਜ਼ਾਂ ਬੜੀਆਂ ਕਲੀਅਰ ਨੇ ਵੀ ਇਹ ਲੋਕ ਜਿਹੜੇ ਵੀ ਸਰਕਾਰ ਹੋਂਦ 'ਚ ਆ ਜਾਂਦੀ ਆ ਅਤੇ ਜਦੋਂ ਖਾਸ ਕਰਕੇ ਉਹ ਦਿੱਲੀ ਦੀ ਵਿਚਾਰਧਾਰਾ ਦੇ ਅਧੀਨ ਕੰਮ ਕਰਦੀ ਆ ਉਹ ਮੈਨੂੰ ਨਹੀਂ ਲੱਗਦਾ ਵੀ ਪੰਥ ਨੂੰ ਇਨਸਾਫ਼ ਦਊਗੀ ਸਿੱਖਾਂ ਨੂੰ ਇਨਸਾਫ਼ ਦਊਗੀ ਇਨਸਾਫ਼ ਦੀ ਆਪਾਂ ਬੇਅਦਬੀ ਦੀ ਗੱਲ ਕਰਦੇ ਹਾਂ ਉਹ ਤਾਂ ਪੰਥਕ ਰਵਾਇਤਾਂ ਹੀ ਨੇ ਜੀ ਜੇ ਇਨਸਾਫ਼ ਦੀ ਗੱਲ ਕਰਦੇ ਹਾਂ ਤਾਂ ਇਨਸਾਫ਼ ਦਾ ਪੰਥਕ ਰਵਾਇਤਾਂ ਹੀ ਨੇ ਹਾਂ ਜਿਹੜੀ ਆਹ ਦੁਨਿਆਵੀ ਅਦਾਲਤਾਂ ਦੀ ਆਪਾਂ ਗੱਲ ਕਰਦੇ ਹਾਂ ਜਾਂ ਇਹਨਾਂ ਲੋਕਾਂ ਸਰਕਾਰਾਂ ਤੋਂ ਆਸ ਕਰਦੇ ਹਾਂ ਗੋਂਗਲੋਂ ਤੋਂ ਮਿੱਟੀ ਜ਼ਰੂਰ ਝਾੜ ਸਕਦੇ ਨੇ ਝਾੜਨਗੇ ਵੀ ਹੋ ਸਕਦਾ ਮਨ ਨੂੰ ਸ਼ਾਂਤ ਕਰਨ ਵਾਸਤੇ ਕੋਈ ਕਾਦੁਕਾ ਨੇ ਕਿ ਮੋਟੇ ਕਿਸੇ ਕਰਿੰਦੇ ਨੂੰ ਫੜ ਕੇ ਡੱਕ ਵੀ ਦੇਣ ਜੇਲ੍ਹ ਦੇ ਵਿੱਚ ਪਰ ਜਿਹੜੇ ਮਗਰਮੱਛ ਨੇ ਜਿੱਥੋਂ ਇਹ ਸਾਰਾ ਪ੍ਰੋਪੋਗੰਡਾ ਖੇਡ ਸ਼ੁਰੂ ਹੁੰਦੀ ਆ ਉੱਥੇ ਹੱਥ ਨਹੀਂ ਪਾਊਗਾ ਕੀ ਲੱਗਦਾ ਕਿ ਜੇ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਲੋਕਾਂ ਨੂੰ ਉਮੀਦ ਸੀ ਕਿ ਸਰਕਾਰ ਨਵੀਂ ਹੈ ਔਰ ਜਿਹੜੀ ਨਵੀਂ ਸਰਕਾਰ ਹੈ ਕੁਝ ਲੋਕ ਇਮਾਨਦਾਰ ਨੇ ਜ਼ਰੂਰ ਬਣਦਾ ਇਨਸਾਫ਼ ਮਿਲੇਗਾ ਤਾਂ ਕੀ ਲੱਗਦਾ ਕਿ ਇਹਦੇ ਨਾਲ ਜੇ ਇਨਸਾਫ਼ ਦਿੱਤਾ ਜਾਂਦਾ ਹੈ ਜਿਹੜੇ ਬੇਅਦਬੀ ਦੇ ਲੋਕ ਉਹਨਾਂ ਨੂੰ ਬਣਦੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ ਤਾਂ ਇਹ ਕਿਹੜੀ ਧਿਰ ਹੈ ਉਹ ਜਿਹੜੀ ਨਾਰਾਜ਼ ਹੋ ਸਕਦੀ ਇਹਨਾਂ ਨਾਲੋਂ ਵੋਟ ਤੰਤਰ ਹਿੰਦ ਹਕੂਮਤ ਖਾਸ ਕਰਕੇ ਬਿਲਕੁਲ ਨਾਰਾਜ਼ ਹੋਊਗੀ ਕਿਉਂਕਿ ਬਹੁਤ ਵੱਡੀ ਇਹ ਪਲੈਨਿੰਗ ਦੇ ਤਹਿਤ ਹੋਇਆ ਵਾ ਜੀ ਬਹੁਤ ਵੱਡੀ ਗੇਮ ਦੇ ਤਹਿਤ ਹੋਇਆ ਵਾ
ਇਹ ਸਾਨੂੰ ਸਮਝਣ ਦੀ ਲੋੜ ਆ ਵੀ ਭਾਜਪਾ ਜਿਹੜੀ ਆ ਉਹ ਸਿੱਧੇ ਤਰੀਕੇ ਨਾਲ ਕਾਬਜ਼ ਨਹੀਂ ਹੋ ਸਕਦੀ ਪੰਜਾਬ ਦੇ ਵਿੱਚ, ਉਹਨਾਂ ਦਾ ਆਧਾਰ ਹੈ ਨਹੀਂ। ਅਸਿੱਧੇ ਤਰੀਕੇ ਨਾਲ ਕਾਬਜ਼ ਹੋਣ ਵਾਸਤੇ ਉਹਨਾਂ ਨੇ ਬਹੁਤ ਵੱਡਾ ਇਹ ਸ਼ਰਯੰਤਰ ਰਚਿਆ। ਸਮਝਦਾਰਾਂ ਨੂੰ ਸਮਝ ਆਉਂਦੀ ਵੀ ਆ ਖੇਡ, ਇੱਡੀ ਗੱਲ ਨਹੀਂ, ਲੋਕ ਸਮਝਦਾਰ ਨੇ, ਸਮਝਦੇ ਵੀ ਨੇ, ਅਤੇ ਸਿੱਧੇ ਤਰੀਕੇ ਨਾਲ ਅਤੇ ਅਸਿੱਧੇ ਤਰੀਕੇ ਦੇ ਨਾਲ ਉਹ ਨੇ। ਹੁਣ ਤੁਸੀਂ ਵੋਟ ਪਰਸੈਂਟ ਵੇਖੋ, ਬੀਜੇਪੀ ਦੀ ਵਧੀ ਹੈ ਇਸ ਵਾਰ। ਇਹ ਚੀਜ਼ਾਂ ਸਮਝਣ ਦੀ ਲੋੜ ਆ, ਉਹ ਕਿਉਂਕਿ ਲੰਮਾ ਸੋਚਦੇ ਨੇ। ਜ਼ਰੂਰੀ ਨਹੀਂ ਹੈਗਾ ਵੀ ਉਹ ਐਸੇ 5 ਸਾਲ ਹੀ ਬਾਅਦ ਕਿਹੜਾ ਕਾਬਜ਼ ਹੋ ਜਾਈਏ, ਉਸ ਦਾ ਨਾ 20 ਸਾਲ ਦਾ ਪਲਾਨ ਹੋਵੇ, 30 ਸਾਲ ਦਾ, 50 ਸਾਲ ਦਾ ਪਲਾਨ ਹੋਵੇ, ਪਰ ਉਹ ਪਲਾਨ 'ਚ ਕਾਮਯਾਬ ਹੋਣ ਦੇ ਵਾਸਤੇ ਜੋ ਹੱਥ ਕੰਢੇ ਨੇ ਉਹ ਅਪਣਾ ਰਹੇ ਨੇ। ਸੋ ਬੇਅਦਬੀਆਂ ਦਾ ਜਿਹੜਾ ਦੌਰ ਚੱਲਿਆ ਇਹ ਵੀ ਬਹੁਤ ਵੱਡੀ ਇੱਕ ਖੇਡ ਸੀਗੀ, ਜਿਸ ਖੇਡ 'ਚ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹ ਲੋਕ ਕਾਮਯਾਬ ਹੋਏ ਨੇ। ਪੰਥ ਵੱਲੋਂ ਜਿਹੜੀ ਗੱਲ ਆ, ਪੰਥ ਦੇ ਵੱਲੋਂ ਤਾਂ ਕੋਈ ਘਾਟ ਨਹੀਂ, ਪੰਥ ਵੱਲੋਂ ਤਾਂ ਬੜੀ ਸ਼ਾਂਤੀ ਦੇ ਨਾਲ, ਸੁਹਿਰਤਾ ਦੇ ਨਾਲ, ਬਿਨਾਂ ਕੋਈ ਇਸ ਤਰ੍ਹਾਂ ਕੀਤਿਆਂ, ਜਿਵੇਂ ਕਿ ਆਪਾਂ ਆਮ ਦੇਖਦੇ ਕੋਈ ਅੰਦੋਲਨ ਹੁੰਦਾ ਕਿਵੇਂ ਅੱਗਾਂ ਲੱਗੀਆਂ ਜਾਂਦੀਆਂ ਨੇ, ਕਿਵੇਂ ਸਾੜ ਫੂਕ ਹੁੰਦੀ ਆ, ਪ੍ਰੋਪਰਟੀਆਂ ਦਾ ਨੁਕਸਾਨ ਹੁੰਦਾ, ਪੰਥ ਦੇ ਵੱਲੋਂ ਬੇਸ਼ੱਕ 15 ਦਿਨ ਧਰਨੇ ਵੀ ਲਾਏ ਗਏ, ਪੰਜਾਬ ਨੂੰ ਚਾਰੇ ਪਾਸਿਓਂ ਬੰਦ ਕਰਕੇ ਰੱਖਿਆ ਗਿਆ, ਪਰ ਬੜੀ ਸ਼ਾਂਤਮਈ ਤਰੀਕੇ ਦੇ ਨਾਲ, ਕਿਸੇ ਨੂੰ ਵੀ ਕੋਈ ਤੰਗੀ ਨਹੀਂ ਦਿੱਤੀ ਗਈ। ਅੱਜ ਵੀ ਜੇ ਪੰਥ ਕਿਤੇ ਬੈਠਦਾ ਵਾ, ਬਹਿਬਲ ਮੋਰਚਾ ਵੀ ਲੱਗਾ ਹੋਇਆ ਜਾਂ ਕਿਤੇ ਵੀ ਪ੍ਰੈਸਟ ਹੁੰਦਾ, ਤਾਂ ਬੜੀ ਸ਼ਾਂਤਮਈ ਤਰੀਕੇ ਦੇ ਨਾਲ ਜਮਹੂਰੀਅਤ ਦੇ ਢੰਗ ਨਾਲ ਜਿਹੜੀ ਆ ਉਹ ਆਪਣੀ ਆਵਾਜ਼ ਚੱਕੀ ਜਾਂਦੀ ਆ। ਪਰ ਕਿਤੇ ਨਾ ਕਿਤੇ ਜਿਹੜੀਆਂ ਸਰਕਾਰਾਂ ਨੇ ਉਹ ਅੰਨੀਆਂ ਬੋਲੀਆਂ, ਜਿਵੇਂ ਨੇ ਅੰਨਾ ਬੋਲਾ ਹੁੰਦਾ ਕੋਈ ਤਾਂ ਉਹਨੂੰ ਦਿਖਦਾ ਸੁਣਦਾ ਨਹੀਂ ਕੁਛ, ਇੱਦਾਂ ਦਾ ਵਰਤਾਵ ਕਰਦੀਆਂ ਨੇ, ਇੱਦਾਂ ਮਹਿਸੂਸ ਕਰਾਉਂਦੀਆਂ ਨੇ। ਉਹਦੇ ਪਿੱਛੇ ਕਾਰਨ ਮੈਂ ਤੁਹਾਨੂੰ ਬੜਾ ਸਪਸ਼ਟ ਆ ਜੀ ਵੀ ਜਿਹੜੀ ਦਿੱਲੀ ਦੀ ਵਿਚਾਰਧਾਰਾ ਵਾ, ਜਿਹੜੀ ਸਿੱਖ ਵਿਰੋਧੀ ਵਿਚਾਰਧਾਰਾ ਵਾ, ਉਹ ਕਦੀ ਵੀ ਜਿਹੜੀ ਆ ਉਹ ਨਹੀਂ ਚਾਹੂਗੀ ਵੀ ਸਿੱਖਾਂ ਦੀ ਜਿਹੜੀ ਵੀ ਕੋਈ ਮੰਗ ਆ ਉਹ ਪੂਰੀ ਹੋਵੇ। ਐਗਜ਼ਾਮਪਲ ਤਾਂ 84 ਹੈਗੀ ਆ ਕਿ ਅੱਜ ਤੱਕ 84 ਦੀਆਂ ਇੰਨੀਆਂ ਜਾਂਚ ਕਮੇਟੀਆਂ ਬੈਠੀਆਂ ਨੇ, ਇੰਨੀਆਂ ਕਮਿਸ਼ਨਾਂ ਬੈਠੀਆਂ ਨੇ, ਕਿ ਅੱਜ ਤੱਕ ਜੜ੍ਹ ਤੱਕ ਪਹੁੰਚ ਸਕਿਆ ਕੋਈ, ਕਿ ਮੁੱਖ ਦੋਸ਼ੀਆਂ ਨੂੰ ਸਜ਼ਾਵਾਂ ਹੋਈਆਂ ਨੇ, ਉਹਨਾਂ ਨੂੰ ਤਾਂ ਐਮ ਪੀਸ਼ਿਪਾਂ ਮਿਲੀਆਂ ਨੇ, ਉਹਨਾਂ ਨੂੰ ਤਾਂ ਸੀਟਾਂ ਮਿਲੀਆਂ ਹੋਈਆਂ ਨੇ, ਉਹਨਾਂ ਨੂੰ ਤਾਂ ਅਹੁਦੇ ਮਿਲੇ ਹੋਏ ਨੇ, ਟਾਈਟਲ ਵਰਗਿਆਂ ਨੂੰ, ਜਦੋਂ ਆਪਾਂ ਜਾਣਦੇ ਹਾਂ ਚੰਗੀ ਤਰ੍ਹਾਂ ਸਾਰਾ ਕੁਛ। ਅਕਾਲੀ ਜੀ, ਇੱਕ ਹੋਰ ਸਵਾਲ ਹੈ ਕਿ ਬੜੇ ਅਹਿਮ ਸਮੇਂ ਦੇ ਉੱਪਰ ਇੱਕ ਅਹਿਮ ਟਿੱਪਣੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਿਰਬੀ ਦੀ ਇਨਵੈਸਟੀਗੇਸ਼ਨ ਨੂੰ ਲੈ ਕੇ ਆਉਣਾ, ਤਾਂ ਕੀ ਲੱਗਦਾ ਕਿ ਮੌਜੂਦਾ ਸਮੇਂ ਦੇ ਵਿੱਚ ਕੋਰਟ ਵੱਲੋਂ ਟਿੱਪਣੀ ਕੀਤੀ ਜਾਂਦੀ ਹੈ, ਤਾਂ ਜਿਹੜੇ ਪੰਜਾਬ ਦੇ ਲੋਕ ਹੈ ਖਾਸ ਕਰ ਜਿਹੜੀ ਸਿੱਖਾਂ ਦੀਆਂ ਧਿਰਾਂ ਨੇ, ਤਾਂ ਉਹਨਾਂ ਦਾ ਕਿਤੇ ਨਾ ਕਿਤੇ ਜਿਹੜਾ ਕੋਰਟ ਹੈ ਜਾਂ ਜਿਹੜਾ ਭਾਰਤੀ ਨਿਆਂ ਪ੍ਰਣਾਲੀ ਹੈ ਉਹਦੇ ਉੱਪਰੋਂ ਵਿਸ਼ਵਾਸ ਉੱਠਿਆ ਨਜ਼ਰ ਕਿਉਂ ਆਉਂਦਾ ਆ? ਵਿਸ਼ਵਾਸ ਵੇਖੋ, ਹਮੇਸ਼ਾ ਹੀ ਸਿੱਖਾਂ ਨੇ ਰੱਖਿਆ, ਕੋਈ ਦੋ ਰਾਵਾਂ ਨਹੀਂ ਹੈਗੀਆਂ। ਜੇ ਵਿਸ਼ਵਾਸ ਰੱਖਿਆ ਤਾਂ ਹੀ ਅਦਾਲਤਾਂ 'ਚ ਜਾਂਦੇ ਆ ਨਾ, ਅਦਾਲਤਾਂ 'ਚ ਜਾ ਕੇ ਜਿਹੜੀ ਵੀ ਆਪਣੀ ਜੋ ਡੈਮੋਕ੍ਰੇਸੀ ਦੇ ਰਾਹੀਂ ਆਪਾਂ ਮੰਗ ਕਰ ਸਕਦੇ ਹਾਂ ਉਹ ਕਰਦੇ ਹਾਂ, ਪਰ ਇਹ ਤਾਂ ਫਰਜ਼ ਅਦਾਲਤਾਂ ਦਾ ਬਣਦਾ ਨਾ ਵੀ ਅਦਾਲਤਾਂ ਉਸ ਭਰੋਸੇ ਨੂੰ ਕਾਇਮ ਰੱਖਣ, ਸਰਕਾਰਾਂ ਉਸ ਭਰੋਸੇ ਨੂੰ ਕਾਇਮ ਰੱਖਣ, ਪਰ ਰੱਖਿਆ ਨਹੀਂ ਜਾਂਦਾ, ਉਹਨੂੰ ਲੰਮਾ ਖਿੱਚਿਆ ਜਾਂਦਾ, ਇੰਨਾ ਲੰਮਾ ਖਿੱਚਿਆ ਜਾਂਦਾ ਵੀ ਤੁਹਾਡੇ ਉਹਨਾਂ ਸਿੱਖਾਂ ਦੀਆਂ ਜਿਨ੍ਹਾਂ ਨੇ ਇਹਨਾਂ ਦੇ ਮੁਤਾਬਕ ਕਾਨੂੰਨ ਤੋੜਿਆ, ਜੁਰਮ ਕੀਤਾ, ਜੁਰਮ ਦੀ ਸਜ਼ਾ ਦੇ ਦਿੱਤੀ, ਤੁਸੀਂ ਉਹਨਾਂ ਨੂੰ ਉਮਰ ਕੈਦ ਕਰਤੀ, ਅੱਜ ਸਜ਼ਾਵਾਂ ਪੂਰੀਆਂ ਚੁੱਕੀਆਂ ਨੇ, ਬੰਦੀ ਸਿੰਘ ਕੀ ਰਿਹਾ ਕਰ ਦਿੱਤੇ ਜਾਂਦੇ ਨੇ, ਉਹਨਾਂ ਨੂੰ ਤਾਂ ਉਸੇ ਕੈਟਾਗਰੀ 'ਚ ਰੱਖਿਆ ਜਾ ਰਿਹਾ ਨਾ। ਜੇ ਕਾਨੂੰਨ ਇਹ ਕਹਿੰਦਾ ਵਾ ਵੀ ਹਰ ਇੱਕ ਦੇ ਵਾਸਤੇ ਕਾਨੂੰਨ ਇੱਕ ਆ, ਜੇ ਸਾਧਵੀ ਪ੍ਰਗਿਆ ਵਾਸਤੇ ਵੀ ਉਹੀ ਕਾਨੂੰਨ ਆ ਵੀ ਬੰਬ ਬਲਾਸਟ ਦੀ ਦੋਸ਼ੀ ਹੋਵੇ, ਇਹਨੇ ਲੋਕ ਮਾਰੇ ਹੋਣ, ਅਤੇ ਉਹ ਰਿਹਾ ਵੀ ਹੋ ਜੇ, ਉਹ MP ਵੀ ਬਣ ਜੇ, ਉਹ ਰਾਜ ਸਭਾ ਦੇ ਵਿੱਚ ਜਾਵੇ, ਉਹ ਮੰਤਰੀ ਪਦ ਵੀ ਲਵੇ, ਅਤੇ ਫਿਰ ਇੱਧਰ ਸਿੱਖਾਂ ਦੇ ਵਾਸਤੇ ਕਾਨੂੰਨ ਜਿਹੜਾ ਵੱਖਰਾ ਕਿਉਂ? ਇੱਕ ਮਿੰਟ ਤਾਂ ਇਹ ਕਹਿੰਦੇ ਹਾਂ ਵੀ 9 ਮਾਰਚ ਦਾ ਰਿਸ਼ਤਾ ਵਾ, ਇੱਕ ਵਾਰੀ ਤਾਂ ਇਹ ਕਹਿੰਦੇ ਹਾਂ ਵੀ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ, ਅੱਜ ਵੀ ਦਿੰਦੇ ਨੇ, ਅਤੇ ਅੱਜ ਜਦੋਂ ਵੀ ਬਾਰਡਰਾਂ ਦੀ ਗੱਲ ਪੈਂਦੀ ਆ ਉਦੋਂ ਸਿੱਖ ਰੈਜੀਮੈਂਟਾਂ ਵੀ ਯਾਦ ਆਉਂਦੀਆਂ ਨੇ, ਨਿਸ਼ਾਨ ਸਾਹਿਬ ਵੀ ਯਾਦ ਆਉਂਦੇ ਨੇ, ਉਦਾਂ ਕੋਈ ਨਿਸ਼ਾਨ ਸਾਹਿਬ ਝਲਾ ਵੀ ਦੇਵੇ ਅਤੇ ਦੇਸ਼ ਧਰੋਹਰ ਕੇ ਪਰਚੇ ਹੋ ਜਾਂਦੇ ਨੇ, ਇਹ ਸਾਰਾ ਕੁਝ ਸਮਝਣ ਦੀ ਲੋੜ ਆ, ਅਤੇ ਉਹ ਬੜਾ ਕਲੀਅਰ ਆ। ਜਿਵੇਂ ਪਿੱਛੇ ਆਪਾਂ ਇਤਿਹਾਸ ਪੜ੍ਹਦੇ ਨੇ ਵੀ ਮੁਗਲ ਜਿਹੜੇ ਸੀਗੇ ਉਹ ਹਮੇਸ਼ਾ ਹੀ ਪੰਜਾਬ ਦੇ ਪੰਥ ਦੇ ਉੱਤੇ ਚੜ੍ਹ ਕੇ ਆਉਂਦੇ ਸੀ ਅਤੇ ਜ਼ੁਲਮ ਕਰਦੇ ਸੀ, ਅੱਜ ਰੂਪ ਬਦਲ ਗਏ ਨੇ, ਖੇਡਾਂ ਉਹੀ ਚੱਲਦੀਆਂ ਨੇ। ਇਹਦੇ ਜੇ ਆਪਾਂ ਹੱਲ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਇਹਦੇ ਪਿੱਛੇ ਇਹ ਗੱਲ ਨਜ਼ਰ ਆਉਂਦੀ ਹੈ ਕਿ ਵੱਡਾ ਕਾਰਨ ਇਹ ਤਾਂ ਨਹੀਂ ਕਿ ਜਿਹੜੀ ਸਿੱਖਾਂ ਦੀ ਧਿਰ ਆ ਜਿਹੜਾ ਵੈਕੂਮ ਇੱਕ ਖਾਲੀ ਪਿਆ ਹੋਇਆ ਹੈ, ਤਾਂ ਉਹਦੇ ਵਿੱਚ ਜਿਹੜੀ ਸਿੱਖਾਂ ਦੀ ਲੀਡਰਸ਼ਿਪ ਦੀ ਗੱਲ ਚੱਲਦੀ ਹੈ ਕਿ ਸਿੱਖ ਆਪਣੀ ਕੋਈ ਵੱਡੀ ਲੀਡਰਸ਼ਿਪ ਖੜੀ ਨਹੀਂ ਕਰ ਸਕੇ ਜਿਹੜੀ ਕਿਤੇ ਨਾ ਕਿਤੇ ਪੰਜਾਬ ਦੇ ਹੱਕਾਂ ਦੀ ਰਖਵਾਲੀ ਕਰ ਸਕਦੀ? ਬਿਲਕੁਲ ਜੀ, ਸਾਨੂੰ ਇਹ ਸੋਚਣਾ ਪਊਗਾ। ਵੇਖੋ, ਦੁਸ਼ਮਣ ਆਪਣਾ ਕੰਮ ਕਰ ਰਿਹਾ, ਹੁਣ ਆਪਾਂ ਜਿੰਨਾ ਵੀ ਜ਼ਿਕਰ ਕੀਤਾ ਉਹ ਦੁਸ਼ਮਣ ਦੇ ਕੀਤੇ ਜਾ ਰਹੇ ਕੰਮਾਂ ਦਾ ਕੀਤਾ, ਡਿਫੈਂਡ ਕਿੱਦਾਂ ਕਰਨਾ, ਸਵਾਲ ਇੱਥੇ ਪੈਦਾ ਹੁੰਦਾ। ਜੇ ਸਾਡੇ ਵਡੇਰੇ ਦੀ ਆਪਾਂ ਹਮੇਸ਼ਾ ਵਡੇਰਿਆਂ ਦੀ ਗੱਲ ਕਰਦੇ ਹਾਂ ਨਾ, ਇਤਿਹਾਸ ਦੀ ਗੱਲ ਕਰਦੇ ਹਾਂ, ਜੇ ਉਹਨਾਂ ਨੇ 12 ਮਿਸਲਾਂ ਬਣਾਈਆਂ ਸੀ ਤਾਂ ਲੋੜ ਪੈਣ 'ਤੇ 12 ਮਿਸਲਾਂ ਇਕੱਠੀਆਂ ਵੀ ਹੁੰਦੀਆਂ ਸੀ, ਉਹ ਲੜਦੇ ਵੀ ਸੀ ਪਿੱਠ ਨਾਲ ਪਿੱਠ ਜੋੜ ਕੇ, ਬੋਤਾ ਸਿੰਘ ਗਰਜਾ ਸਿੰਘ ਦੇ ਵਾਰਸ ਬਣ ਕੇ ਵਿਖਾਉਂਦੇ ਵੀ ਸੀ। ਅੱਜ ਸਾਡੇ 'ਚ ਘਾਟ ਵੀ ਕਿਤੇ ਨਾ ਕਿਤੇ ਹੈਗੀ ਹੈ ਵੀ ਅਸੀਂ ਲੜ ਤਾਂ ਜ਼ਰੂਰ ਰਹੇ ਹਾਂ ਪਰ ਲੜ ਵੱਖ ਵੱਖ ਰਹੇ ਹਾਂ। ਟੀਚਾ ਸਾਰਿਆਂ ਦਾ ਖਾਲਸਾ ਰਾਜ ਹੀ ਆ, ਟੀਚਾ ਸਾਰਿਆਂ ਦਾ ਆਪਣਾ ਬਫਰ ਸਟੇਟ ਦੀ ਗੱਲ ਕਰਦੇ ਹਾਂ, ਖਾਲਿਸਤਾਨ ਦੀ ਗੱਲ, ਕੋਈ ਨਾਂ ਕੋਈ ਵੀ ਦੇ ਦਿਓ, ਕਿਸੇ ਵੀ ਨਾਂ ਨਾਲ ਸੰਬੋਧਨ ਕਰ ਦਿਓ, ਟੀਚਾ ਸਾਰਿਆਂ ਦਾ ਇੱਕ ਆ, ਚਾਹੁੰਦਾ ਹਰ ਕੋਈ ਵੀ ਆਪਣਾ ਘਰ ਹੋਵੇ, ਪਰ ਰਾਹ ਵੱਖ ਵੱਖ ਫੜੇ ਹੋਏ ਨੇ, ਪ੍ਰਾਪਤੀ ਨਾ ਹੋਣ ਦਾ ਕਾਰਨ ਇਹ ਵੀ ਕਿਤੇ ਨਾ ਕਿਤੇ ਹੈਗਾ।
ਅਸੀਂ ਵੱਖਰੀ ਧਿਰਾਂ ਖੜੇ ਕਰਨ ਲੱਗ ਪੈਂਦੇ ਹਾਂ। ਧਿਰਾਂ ਖੜੇ ਕਰਕੇ ਫਿਰ ਆਪੋ ਆਪਣੀ ਡਫਲੀ ਆਪੋ ਆਪਣਾ ਰਾਗ ਵਾਲਾ ਹਿਸਾਬ ਹੋ ਜਾਂਦਾ, ਫਿਰ ਪ੍ਰਾਪਤੀਆਂ ਨਹੀਂ ਹੁੰਦੀਆਂ। ਉਹ ਇੱਕ ਹੋ ਕੇ ਲੜ ਰਹੇ ਨੇ ਜੀ, ਜੇ ਉਹ ਆਰਐਸਐਸ ਬਣਾਉਂਦੇ ਨੇ 1920 ਦੇ ਵਿੱਚ, ਸ਼ਖਾਵਾਂ ਜਿਹੜੀਆਂ ਮਰਜ਼ੀਆਂ ਹੋਣ, ਪਰ ਉਹ ਸਾਰੇ ਉਹਦੇ ਅਧੀਨ ਕੰਮ ਕਰਦੇ ਨੇ। ਜਿਹੜਾ ਹੁਕਮ ਉਹ ਜਾਰੀ ਕਰ ਦਿੰਦੇ ਨੇ ਉਸੇ ਹੁਕਮ ਅਧੀਨ ਕੰਮ ਹੁੰਦਾ। ਕੈਪਲ ਕਲਾਂ ਦੇ ਵਿੱਚ ਇਨਸਾਫ ਮੋਰਚਾ ਲੱਗਾ ਹੋਇਆ, ਜਿਹੜੇ ਸਿੱਖਾਂ ਦੀਆਂ ਜਾਨਾਂ ਗਈਆਂ ਜਾਂ ਬੇਅਦਬੀ ਦੀਆਂ ਅਹਿਮ ਘਟਨਾਵਾਂ, ਅਣਸੁਖਾਵੀਆਂ ਘਟਨਾਵਾਂ ਵਾਪਰੀਆਂ, ਤਾਂ ਉਹਨੂੰ ਲੈ ਕੇ ਇਨਸਾਫ ਮੋਰਚਾ ਲੱਗਾ ਹੋਇਆ, ਕੱਲ੍ਹ ਦਾ ਪ੍ਰੋਗਰਾਮ ਹੀ ਦਿੱਤਾ ਗਿਆ, ਤਾਂ ਕੱਲ੍ਹ ਦੇ ਸਮੇਂ ਦੇ ਦਰਮਿਆਨ ਜਾਂ ਇਸ ਤੋਂ ਅਗਾਂਹ ਜਾ ਕੇ ਕੋਈ ਇਸ ਤਰ੍ਹਾਂ ਦਾ ਫੈਸਲਾ ਲਿਆ ਜਾ ਸਕਦਾ ਕਿ ਜਿਹੜੀ ਪੰਜਾਬ ਸਰਕਾਰ ਹੈ ਜਾਂ ਜਿਹੜੀ ਭਾਰਤੀ ਨਿਆਂ ਪ੍ਰਣਾਲੀ, ਉਹਨੂੰ ਮੌਕੇ 'ਤੇ ਇਸ ਤਰ੍ਹਾਂ ਦੀ ਕਾਰਵਾਈ ਕਰਨੀ ਪਵੇ ਕਿ ਜਿਹੜੇ ਵੱਡੇ ਦੋਸ਼ੀ ਮੰਨੇ ਜਾਂਦੇ ਨੇ, ਰਾਜਨੀਤਿਕ ਧਿਰਾਂ ਮੰਨੀਆਂ ਜਾਂਦੀਆਂ ਨੇ, ਉਹਨਾਂ ਨੂੰ ਬਣਦੀਆਂ ਸਜ਼ਾਵਾਂ ਦਿੱਤੀਆਂ ਜਾ ਸਕਦੀਆਂ। ਮਸਲਾ ਇੱਥੇ ਇਹ ਆ ਵੀ ਜਿਹੜਾ ਬਾਈਬਲ ਮੋਰਚਾ ਪਰਿਵਾਰ ਵੱਲੋਂ ਲੱਗਿਆ ਹੋਇਆ ਵਾ, ਪੰਥ ਵੱਲੋਂ ਉਹਨਾਂ ਨੂੰ ਕੋਈ ਦੌਰਾਵਾਂ ਨਹੀਂ ਵੀ ਸਹਿਯੋਗ ਕੀਤਾ ਜਾ ਰਿਹਾ। ਸਮੇਂ ਸਮੇਂ 'ਤੇ ਜਦੋਂ ਵੀ ਬੁਲਾਇਆ ਜਾਂਦਾ ਪੰਥ ਇਕੱਠਾ ਹੁੰਦਾ। ਜਿਹੜੀ ਪ੍ਰੈਸ਼ਰ ਬਣਾਉਣ ਦੀ ਗੱਲ ਆ ਸਰਕਾਰਾਂ ਦੇ ਉੱਤੇ, ਮੈਨੂੰ ਨਹੀਂ ਲੱਗਦਾ ਵੀ ਸਰਕਾਰਾਂ ਨੂੰ ਪਤਾ ਨਹੀਂ ਹੈਗਾ ਵੀ ਉਹ ਉੱਥੇ ਕਿਉਂ ਬੈਠੇ ਨੇ ਜਾਂ ਪ੍ਰੈਸ਼ਰ ਕੋਈ ਵੱਖਰਾ ਕੀ ਪ੍ਰੈਸ਼ਰ ਇਤਨਾ ਕਾਇਮ ਹੋਊਗਾ ਵੀ ਜੇ ਸੰਗਤ ਵੱਡੀ ਰੋਜ਼ ਗਿਣਤੀ 'ਚ ਬਹਿ ਜਾਂਦੀ ਆ, ਮੰਨ ਲਓ ਐਗਜ਼ਾਮਪਲ ਰੋਹੜੀ ਜਾਮ ਕਰ ਜਾਂਦੀ ਜਿਵੇਂ ਕੋਟਕਪੂਰੇ 'ਚ ਬਹਿ ਗਏ ਸੀ, ਅਤੇ ਕੀ ਸਰਕਾਰਾਂ ਜੋ ਡਾਂਗ ਬਣਾਉਣਗੀਆਂ, ਗੁਲੀ ਚਲਾਉਣਗੀਆਂ, ਫਿਰ ਸਮਝ ਆਊਗਾ ਵੀ ਹਾਂ ਇਹ ਆਪਣੀ ਮੰਗ ਰਹੇ ਨੇ ਜਾਂ ਚਾਹੁੰਦੀਆਂ ਨੇ ਸਰਕਾਰਾਂ ਵੀ ਸਿੱਖ ਇੱਦਾਂ ਦਾ ਕੁਛ ਕਰਨ। ਇਹ ਸਾਰਾ ਕੁਝ ਪਤਾ ਹੁੰਦਾ ਸਰਕਾਰਾਂ ਨੂੰ, ਪਲ ਪਲ ਦੀ ਖਬਰ ਹੁੰਦੀ, ਇੰਟੈਲੀਜੈਂਸੀਆਂ ਨੇ, ਏਜੰਸੀਆਂ ਨੇ, ਸਾਰਾ ਕੁਝ ਪਤਾ ਹੁੰਦਾ। ਇਹ ਵੀ ਹੋ ਸਕਦਾ ਵੀ ਉਹਨਾਂ ਨੂੰ ਵੀ ਪਤਾ ਹੋਵੇ ਵੀ ਜੇ ਬਾਈਬਲ ਕਲਾਮ ਮੋਰਚਾ ਅੱਗੇ ਵੱਧਦਾ ਵਾ, ਹੋ ਸਕਦਾ ਅੱਗੇ ਜਾ ਕੇ ਹਾਲਾਤ ਵੀ ਖਰਾਬ ਹੋ ਜਾਣ, ਹੋ ਸਕਦਾ ਇਹ ਸਰਕਾਰਾਂ ਕਰਵਾ ਦੇਣ। ਪਤਾ ਸਰਕਾਰਾਂ ਨੂੰ ਸਾਰਾ ਕੁਛ ਹੈ, ਮੈਂ ਤੁਹਾਨੂੰ ਬੜਾ ਕਲੀਅਰ ਹਾਂ ਇਸ ਚੀਜ਼ ਦੇ ਵਿੱਚ ਵੀ ਉਹਨੇ ਤੁਹਾਨੂੰ ਇਨਸਾਫ ਨਹੀਂ ਦੇਣਾ, ਉਲਝਾ ਕੇ ਰੱਖਣਾ, ਲੰਮਾ ਖਿੱਚਣਾ ਵਾ ਵੀ ਕਿੱਦਾਂ ਕੁ ਲੰਮਾ ਖਿੱਚ ਸਕਦੇ ਹਾਂ, ਮਨੋਬਲ ਤੋੜਨਾ ਵੀ ਅੱਗੇ ਥੱਕ ਕੇ ਬਹਿ ਜਾਣ। ਫਿਰ ਆਮ ਆਦਮੀ ਪਾਰਟੀ ਸਰਕਾਰ ਨੂੰ ਬਦਲਾਅ ਵਾਲੀ ਸਰਕਾਰ ਕਿਹਾ ਜਾਂਦਾ ਸੀ, ਫਿਰ ਬਦਲਾਅ ਜਿਹੜਾ ਉਹ ਨਾਮ ਦਾ ਸੀਗਾ, ਕਾਹਦਾ ਬਦਲਾਅ ਆ ਭਾਜੀ ਦੱਸੋ ਮੈਨੂੰ। ਜੇ ਕੋਈ ਇਹ ਕਵੇ ਵੀ ਬਦਲਾਅ ਆ ਗਿਆ ਤਾਂ ਬਦਲਾਅ ਗਲੀਆਂ ਨਾਲੀਆਂ ਬਣਾਊਂਗਾ, ਇਹ ਤਾਂ ਕੰਮ ਨਹੀਂ ਉਹਨਾਂ ਦੇ। ਇੱਕ MLA ਬਣਦਾ, MP ਬਣਦਾ, ਉਹਦਾ ਕੰਮ ਆ ਗਲੀਆਂ ਨਾਲੀਆਂ ਬਣਾਉਣੀਆਂ। ਹੱਕੀ ਮੰਗਾਂ ਦੀ ਗੱਲ ਕੌਣ ਕਰ ਰਿਹਾ, ਪੰਜਾਬ ਦੀ ਗੱਲ ਕੌਣ ਕਰਦਾ, ਜੇ ਪੰਜਾਬ ਦੇ ਪਾਣੀਆਂ ਦੀ ਗੱਲ ਆਉਂਦੀ ਆ ਤਾਂ ਦੋਹਰੇ ਬਿਆਨ ਨੇ ਇਹਨਾਂ ਦੇ ਵੀ ਉਹ ਭਰਾ ਨੇ ਜੀ ਸਾਡੇ, ਦਓ ਬਿਆਨ ਫਿਰ ਠੋਕ ਕੇ ਦਓ ਵੀ ਜੇ ਅਸੀਂ ਪਾਣੀ ਦੇਣਾ ਤਾਂ ਜਿਹੜੇ ਬਾਕੀ ਖਰਚ ਪਦਾਰਥ ਨੇ ਸਾਡਾ ਵੀ ਤਾਂ ਹੱਕ ਬਣਦਾ ਨਾ ਉਹਨਾਂ 'ਤੇ। ਕੋਲਾ ਤਾਂ ਅਸੀਂ ਮੈਂ ਮੁੱਲ ਲੈਂਦੇ ਹਾਂ, ਕਿੰਨੀ ਵੱਡੀ ਗਿਣਤੀ 'ਚ ਕੋਲਾ ਮੁੱਲ ਲੈਂਦੇ ਹਾਂ, ਸਾਡੇ ਪਾਣੀ ਨਾਲ ਬਿਜਲੀ ਬਣਦੀ ਹੈ, ਸਾਨੂੰ ਮਹਿੰਗੀ ਵੇਚੀ ਜਾਂਦੀ ਹੈ, ਦੂਜੇ ਸੂਬਿਆਂ ਨੂੰ ਫ੍ਰੀ ਵੰਡੀ ਜਾਂਦੀ ਹੈ। ਇਹ ਚੀਜ਼ਾਂ ਕੀ ਇਸ ਇਹ 92 MLA ਬਣੇ ਨੇ, ਇਹ ਗੂੰਗੇ ਥੋੜ੍ਹੀ ਨੇ, ਕਿਉਂ ਨਹੀਂ ਬੋਲਦੇ? ਜੇ ਚੰਡੀਗੜ੍ਹ ਦੀ ਗੱਲ ਆਉਂਦੀ ਆ ਤਾਂ ਕਿਉਂ ਨਹੀਂ ਬੋਲਦੇ? ਯੂਨੀਵਰਸਿਟੀ ਦਾ ਮੁੱਦਾ ਆਇਆ, ਕੋਰਟ ਦਾ ਮੁੱਦਾ ਆਇਆ, ਅਤੇ ਮੁੱਖ ਮੰਤਰੀ ਸਾਹਿਬ ਇਹ ਗੱਲ ਕਹਿਣ ਦੀ ਬਜਾਏ ਕਿ ਨਹੀਂ ਸਾਡਾ, ਕਹਿੰਦੇ ਸਾਨੂੰ ਜਗ੍ਹਾ ਤੋਂ ਬਰਾਬਰ ਸੀ ਆਪਣਾ ਬਣਾਉਣਾ ਵੱਖਰਾ। ਵਿਚਾਰਧਾਰਾ ਦੀ ਗੱਲ ਆ ਨਾ, ਉਸ ਜਿਹੜੇ ਜੁੰਡਲੀ ਜਿਸ ਵਿਚਾਰਧਾਰਾ ਅਧੀਨ ਇਹ ਲੋਕ ਕੰਮ ਕਰ ਰਹੇ ਨੇ ਨਾ, ਉਹ ਬੜੀ ਸਪਸ਼ਟ ਆ, ਅਤੇ ਇਹ ਉਹ ਗਲਬਾ ਵਾ ਜਿਹੜਾ ਇਹਨਾਂ ਲੋਕਾਂ ਦੇ ਉੱਤੇ ਪੈ ਜਾਂਦਾ ਜਦੋਂ ਪੈ ਜਾਂਦਾ। ਹੁਣ ਭਗਵੰਤ ਮਾਨ ਉਹੀ ਆ ਨਾ ਜਿਹੜਾ ਇਸ ਕੁਰਸੀ 'ਤੇ ਬਹਿਣ ਤੋਂ ਪਹਿਲਾਂ ਇਹ ਗੱਲ ਕਹਿੰਦਾ ਸੀ ਵੀ ਜੇ ਇਸ ਕੰਮ 'ਚ ਇੰਨਾ ਖਤਰਾ ਤਾਂ ਹੋਰ ਕੰਮ ਕਰ ਲਓ। ਅੱਜ ਉਹ 2000 ਬੰਦਾ ਲੈ ਕੇ ਤੁਰਿਆ ਫਿਰਦਾ, ਆਪਣੀ ਸਿੰਘਣੀ ਨੂੰ ਵੀ ਲੈ ਕੇ, ਆਪਣੀ ਮਾਤਾ ਨੂੰ ਵੀ ਸਿਕਿਉਰਟੀ ਦੇਈ ਫਿਰਦਾ, ਉਹ ਭੈਣ ਨੂੰ ਵੀ ਸਿਕਿਉਰਟੀ ਦੇਈ ਫਿਰਦਾ। ਪਰਿਵਾਰਵਾਦ ਦੀ ਗੱਲ ਕਰਦੇ ਸੀ, ਜਦੋਂ ਕੁਰਸੀ ਦੇ ਕਾਬਜ਼ ਹੋ ਗਏ ਫਿਰ ਪਰਿਵਾਰ ਬਾਦਲਾਂ ਪਾਰਟੀ ਦੇ ਨਾਲ ਜਾਂ ਕੈਪਟਨ ਐਂਡ ਪਾਰਟੀ ਜਿਹੜੀ ਸੀ ਉਹ 'ਚ ਤੁਹਾਡੇ ਫਰਕ ਹੀ ਰਹਿ ਗਿਆ। ਫਿਰ ਤੁਸੀਂ ਕਿਹੜੀ ਆਮ ਆਦਮੀ ਪਾਰਟੀ 'ਚ ਆਮ ਆਦਮੀ ਰਹਿ ਗਏ ਹੋ ਜਾਂ ਕਿਹੜੇ ਬਦਲਾਵ ਦੀ ਗੱਲ ਕਰਦੇ ਹੋ? ਇਹ ਸਭ ਭਾਜੀ ਇਸ ਤਰ੍ਹਾਂ ਸ਼ੋਸ਼ੇ ਹੁੰਦੇ ਨੇ ਸਰਕਾਰਾਂ ਨੂੰ ਲਿਆਉਣ ਵਾਸਤੇ। ਜਦੋਂ ਉਹ ਬਾਦਲ ਆਟਾ ਦਾਲ ਸਕੀਮ ਦਿੰਦੇ ਹੁੰਦੇ ਸੀ ਹੈ ਨਾ, ਉਹ ਸ਼ੋਸ਼ੇ ਸੀ ਨਾ, ਇਹ ਵੀ ਸ਼ੋਸ਼ੇ ਨੇ। ਇਹਨਾਂ ਨੇ ਸ਼ੋਸ਼ੇ ਦੇ ਕੇ ਸਰਕਾਰ ਬਣਾ ਲਈ ਆ। ਖੇਡ ਪਿਛਲੇ ਬੰਨੇ ਜਿਹੜੀ ਆ ਉਹ ਸੈਂਟਰ ਦੀ ਆ ਅਤੇ ਬਹੁਤ ਵੱਡੀ ਆ ਪੰਜਾਬ ਦੇ ਉੱਤੇ ਕਾਬਜ਼ ਹੋਣ ਦੀ। ਇਹ ਤਾਂ ਹੁਣ ਸਿਆਣੇ ਸਾਡੇ ਲੋਕ ਬਣਨ, ਪੰਜਾਬ ਵਾਸੀ ਬਣਨ। ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੂੰ ਸਵਾਲ ਕੀਤੇ ਜਾਂਦੇ ਆ, ਕਿਹਾ ਜਾਂਦਾ ਹੈ ਕਿ ਤੁਹਾਡੇ ਪਿੱਛੇ ਵੀ ਕਿਹਾ ਜਾਂਦਾ ਕਿ ਦਿੱਲੀ ਚਲਾਉਂਦੀ ਹੈ ਪੰਜਾਬ ਦੀ ਸਰਕਾਰ ਨੂੰ, ਜਿਹੜਾ ਦਿੱਲੀ ਚਲਾਉਂਦੀ ਆ, ਕਹਿੰਦੇ ਫਿਰ ਕਾਂਗਰਸ ਨੂੰ ਵੀ ਦਿੱਲੀ ਚਲਾਉਂਦੀ ਸੀ, ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਸੀ ਫਿਰ ਉਹਨੂੰ ਵੀ ਦਿੱਲੀ ਚਲਾਉਂਦੀ ਸੀ, ਫਿਰ ਅਸੀਂ ਹੁਣ ਕਿਹਦੇ ਪਾਸੇ ਜਾਈਏ? ਬਿਲਕੁਲ ਜੀ, ਜੇ ਸਾਡੀ ਖੇਤਰੀ ਪਾਰਟੀ ਦੇ ਗਲਬਾ ਮਾੜਾ ਸੀ ਤਾਂ ਸਾਡਾ ਫਰਜ਼ ਇਹ ਬਣਦਾ ਵੀ ਖੇਤਰੀ ਪਾਰਟੀ ਜੋ ਮਾੜਾ ਗਲਬਾ ਲਾ ਕੇ ਚੰਗੀ ਵਿਚਾਰਧਾਰਾ ਵਾਲੇ ਪੰਥਕ ਅਤੇ ਪੰਜਾਬ ਦੀ ਜਿਹੜੀ ਸੋਚ ਨੂੰ ਅੱਗੇ ਲੈ ਕੇ ਚੱਲਣ ਵਾਲੇ ਲੋਕ ਹੋਣ ਉਹ ਆਉਣ, ਕਿਉਂਕਿ ਅਕਾਲੀ ਦਲ ਕਿਸੇ ਦੇ ਬਾਪ ਦੀ ਜ਼ਗੀਰ ਤਾਂ ਹੈ ਨਹੀਂ। ਬਾਦਲਾਂ ਦੇ ਪਿਓ ਦੀ ਜ਼ਗੀਰ ਥੋੜ੍ਹੀ ਆ ਵੀ ਬਾਦਲਾਂ ਨੇ ਸਾਰੀ ਉਮਰ ਦੇ ਪ੍ਰਧਾਨ ਬਣ ਕੇ ਰਹਿਣਾ, ਉੱਥੇ ਕੋਈ ਵੀ ਚੰਗਾ ਵਿਚਾਰਧਾਰਾ ਦੇ ਅਧੀਨ ਕੰਮ ਕਰਨ ਵਾਲਾ ਬੰਦਾ ਆ ਸਕਦਾ? ਜੇ ਆਪਾਂ ਜੇ SCPC ਦੀ ਇਲੈਕਸ਼ਨ ਵਾਸਤੇ ਇਕੱਠੇ ਹੋਏ ਹਾਂ, ਜਿੰਨਾ ਚਿਰ ਬਾਦਲਾਂ ਹੋਣਾ ਕਰ ਲਿਆ ਠੀਕ ਆ। ਅੱਜ ਜੇਕਰ ਲੋਕ ਬਦਲਾਵ ਚਾਹੁੰਦੇ ਨੇ ਤਾਂ ਬਦਲਾਵ ਹੋਣਾ ਚਾਹੀਦਾ ਨਾ। ਜੇ ਝਾੜੂ ਦੀ ਗੱਲ ਕਰਦੇ ਹਾਂ ਵੀ ਲੋਕਾਂ ਕੋਲ ਬਦਲਾਵ ਨਹੀਂ ਸੀ, ਲੋਕਾਂ ਨੇ ਤੀਜੀ ਧਿਰ ਚੁਣ ਲਈ ਬਦਲਾਵ ਲੈਣ ਦਾ, ਅੱਜ ਇਹ ਬਦਲਾਵ ਤੋਂ ਲੋਕ ਨਿਰਾਸ਼ ਨੇ ਤਾਂ ਫਿਰ ਅੱਗੇ ਬਦਲਾਵ ਨਾ ਆਊਗਾ, ਅੱਗੇ ਵੀ ਤਾਂ ਬਦਲਾਵ ਆਊਗਾ ਨਾ। ਇਸੇ ਤਰ੍ਹਾਂ ਸਾਡੀਆਂ ਜਿਹੜੀਆਂ ਸਰਮੌਰ ਸੰਸਥਾਵਾਂ ਨੇ ਜਾਂ ਸਾਡੀਆਂ ਰਵਾਇਤੀ ਪਾਰਟੀਆਂ ਨੇ, ਉਹਨਾਂ ਵਿੱਚ ਬਦਲਾਵ ਦੀ ਲੋੜ ਆ ਨਾ। ਇਹ ਸਹੁੰ ਥੋੜ੍ਹੀ ਖਾਧੀ ਹੈ ਵੀ ਇਕੱਲਾ ਬਾਦਲ ਹੀ ਕਾਬਜ਼ ਰਹੂਗਾ। ਇਹ ਚੀਜ਼ ਆਮ ਆਦਮੀ ਪਾਰਟੀ